ਹਾਏ ਗੁਰਪ੍ਰੀਤ ਭਾਜੀ, ਓ ਥੈਂਕ ਯੂ ਸੋ ਵੈਰੀ ਮਚ ਫਾਰ ਲਵਲੀ ਰੋਜ਼ਸ। ਕਿਵੇਂ ਹੋ ਤੁਸੀਂ ਭਾਜੀ? ਮੈਂ ਫਿੱਟ ਹਾਂ ਜੀ, ਤੁਸੀਂ ਦੱਸੋ। ਸੋ ਫਾਈਨਲੀ ਵੈਲਕਮ ਟੂ ਲੈਂਸ ਟਾਕ। ਥੈਂਕ ਯੂ ਵੈਰੀ ਮਚ ਭਾਜੀ। ਗੁਰਪ੍ਰੀਤ ਸਿੰਘ ਵੜੈਚ ਸੁਣ ਕੇ ਮਜ਼ਾ ਆਉਂਦਾ ਜਾਂ ਗੁਰਪ੍ਰੀਤ ਸਿੰਘ ਘੁੱਗੀ ਸੁਣ ਕੇ? ਜਦੋਂ ਆਪਣੇ ਘਰਦੇ ਕਹਿੰਦੇ ਨੇ ਉਦੋਂ ਗੁਰਪ੍ਰੀਤ ਵੜੈਚ ਨਾਲ ਹੀ, ਪਰ ਜਦੋਂ ਆਡੀਅੰਸ ਗੁਰਪ੍ਰੀਤ ਘੁੱਗੀ ਨਾਲ ਯਾਦ ਕਰਦੀ ਹੈ, ਰੂਹ ਖਿੜ ਜਾਂਦੀ ਹੈ ਜੀ। ਵੈਸੇ ਘੁੱਗੀ ਦੀ ਉਡਾਰੀ ਉੱਚੀ ਹੋ ਗਈ ਹੈ ਨਾ, ਤਾਂ ਫਿਰ ਉੱਤੋਂ ਜਦੋਂ ਤੁਸੀਂ ਹੁਣ ਵੜੈਚ ਸਾਹਿਬ ਨੂੰ ਵੇਖਦੇ ਤਾਂ ਕੀ ਯਾਦ ਆਉਂਦਾ? ਉਹ ਨਾਲ ਹੀ ਟਰੈਵਲ ਕਰਦੇ ਨੇ ਇਕੱਠੇ ਜੀ, ਇਹਨਾਂ ਨੇ ਦੋ ਹੀ ਟਿਕਟਾਂ ਲਈਆਂ ਹੋਈਆਂ, ਜਿੱਥੇ ਜਾਂਦੇ ਨੇ ਇਕੱਠੇ ਹੀ ਜਾਂਦੇ ਨੇ। ਮਤਲਬ ਟਿਕਟਾਂ ਦੋ ਲੈ ਲਈ? ਹਾਂਜੀ, ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ। ਗੁਰਪ੍ਰੀਤ ਵੜੈਚ ਸਰੀਰ ਹੈ ਅਤੇ ਗੁਰਪ੍ਰੀਤ ਘੁੱਗੀ ਸੋਲ ਹੈ, ਆਤਮਾ ਹੈ। ਭਾਅ ਜੀ, ਤੁਸੀਂ ਸਟੈਂਡਅਪ ਕਮੇਡੀ ਵੀ ਕਰ ਚੁੱਕੇ ਹੋ, ਐਕਟਰ ਵੀ ਹੋ, ਪ੍ਰੋਡਿਊਸਰ ਵੀ ਹੋ, ਹਸਬੈਂਡ ਵੀ ਹੋ, ਫਾਦਰ ਵੀ, ਅਤੇ ਮੂਵੀਜ਼ ਵੀ ਸਾਈਮਲਟੇਨੀਅਸਲੀ ਕਰਦੇ ਰਹਿੰਦੇ ਹੋ, ਅਤੇ ਇਹਨਾਂ ਸਭ ਕਿਵੇਂ ਮੈਨੇਜ ਕਰਦੇ ਹੋ? ਦੇਖੋ ਜੀ, ਜ਼ਿੰਦਗੀ ਇੱਕ ਹੀ ਹੈ, ਇੱਕ ਜ਼ਿੰਦਗੀ 'ਚ ਪਰਮਾਤਮਾ ਤੁਹਾਨੂੰ ਕਈ ਜ਼ਿੰਦਗੀਆਂ ਦੇਣ ਦਾ ਮੌਕਾ ਦੇਵੇ ਤਾਂ ਯੂ ਆਰ ਬਲੈਸਡ, ਅਤੇ ਮੈਂ ਰੋਜ਼ ਉਹਦਾ ਸ਼ੁਕਰਾਨਾ ਕਰਕੇ ਉਹਦੀ ਬਖਸ਼ੀ ਹਰ ਜ਼ਿੰਦਗੀ ਨੂੰ ਮਾਣਨ ਦੀ ਕੋਸ਼ਿਸ਼ ਕਰਦਾ। ਭਾਅ ਜੀ, ਹੁਣ ਸਿੰਗਿੰਗ ਅਤੇ ਡਾਇਰੈਕਸ਼ਨ ਰਹਿ ਗਈ ਹੈ, ਉਹ ਵੀ ਬਣਨ ਦੀ ਤਿਆਰੀ ਹੈਗੀ ਹੈ ਡਾਇਰੈਕਟਰ ਬਣਨ ਦੀ? ਡਾਇਰੈਕਟਰ ਤਾਂ ਇੱਕ ਦਿਨ ਜ਼ਰੂਰ ਬਣਾਂਗਾ ਜੀ, ਕਿਉਂਕਿ ਉਹ ਸ਼ੌਕ ਹੈਗਾ ਮੈਨੂੰ, ਟੇਸਟ ਹੈ ਮੇਰਾ, ਬਟ ਸਿੰਗਰ ਮੈਂ ਕਦੇ ਨਹੀਂ ਬਣ ਸਕਦਾ, ਕਿਉਂਕਿ ਪੰਜਾਬ ਦੇ ਬਹੁਤੇ ਸਿੰਗਰ ਐਸੇ ਨੇ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਹੈਗਾ ਕਿ ਉਹ ਸਿੰਗਰ ਨਹੀਂ ਹੈਗੇ, ਅਤੇ ਉਹ ਤਾਂ ਵੀ ਗਾਈ ਜਾਂਦੇ ਨੇ। ਮੈਨੂੰ 100% ਪਤਾ ਕਿ ਮੈਂ ਦੁਨੀਆ ਦਾ ਆਖਰੀ ਬੇਸੁਰਾ ਵਾਂ, ਮੈਂ ਕਦੇ ਨਹੀਂ ਗਾ ਸਕਦਾ, ਇਸ ਕਰਕੇ ਮੈਂ ਭੁਲੇਖੇ 'ਚ ਰਹਿਣਾ ਹੀ ਨਹੀਂ ਚਾਹੁੰਦਾ ਕਦੇ ਵੀ। ਭਾਅ ਜੀ, ਬਾਥਰੂਮ ਸਿੰਗਰ ਤਾਂ ਮੈਂ ਵੀ ਹੈਗਾ, ਸੋ ਭਾਅ ਜੀ ਉੱਥੇ ਆ ਕੇ ਸੁਣਾਂਗੇ ਕਿਸੇ ਦਿਨ ਤੁਹਾਨੂੰ। ਠੀਕ ਹੈ ਭਾਅ ਜੀ, ਅਤੇ ਭਾਅ ਜੀ ਤੁਹਾਡਾ ਫੇਵਰੇਟ ਡਾਇਰੈਕਟਰ ਕੌਣ ਹੈ? ਇੱਕ ਕਹਿਣਾ ਬਹੁਤ ਮੁਸ਼ਕਿਲ ਹੁੰਦਾ, ਕਿਉਂਕਿ ਤੁਸੀਂ ਕਈ ਚੰਗੇ ਕੰਮ ਕਈਆਂ ਨਾਲ ਕੀਤੇ ਹੁੰਦੇ ਨੇ। ਸਰਦਾਰ ਮਨਮੋਹਨ ਸਿੰਘ ਬਹੁਤ ਵੱਡੇ ਡਾਇਰੈਕਟਰ ਨੇ ਔਰ ਮੇਰੇ ਮੈਂਟੋਰ ਵੀ ਨੇ, ਉਹ ਮੇਰੇ ਲਈ ਪੂਜਣ ਵਾਲੀ ਥਾਂ 'ਤੇ ਨੇ। ਉਹਨਾਂ ਤੋਂ ਇਲਾਵਾ ਜੇ ਗੱਲ ਕਰਾਂ ਤਾਂ ਫਿਰ ਮੈਨੂੰ ਸਮੀਪ ਕੰਗ ਨਾਲ ਕੰਮ ਕਰਕੇ, ਕਿਉਂਕਿ ਕਾਮੇਡੀ ਬਹੁਤ ਅੱਛੀ ਕਰਦੇ, ਉਹਨਾਂ ਨਾਲ ਕੰਮ ਕਰਕੇ ਮਜ਼ਾ ਆਉਂਦਾ। ਮੈਂ ਆਪਣਾ ਗਿੱਪੀ ਨਾਲ ਅਰਦਾਸ ਕੀਤੀ ਸੀ, ਮੈਨੂੰ ਗਿੱਪੀ 'ਚੋਂ ਬਹੁਤ ਵਧੀਆ ਇੱਕ ਡਾਇਰੈਕਟਰ ਨਜ਼ਰ ਆਇਆ ਸੀ। ਹੁਣ ਵਿਕਰਮ ਗਰੋਵਰ ਨਾਲ ਮੈਂ ਕੀਤੀ ਹੈ ਸਨ ਆਫ ਮਨਜੀਤ ਸਿੰਘ, ਅਤੇ ਮੈਨੂੰ ਐਕਸੀਲੈਂਟ ਡਾਇਰੈਕਟਰ ਲੱਗ ਰਿਹਾ ਵਿਕਰਮ ਗਰੋਵਰ। ਕਈ ਨਾਮ ਨੇ ਜੀ, ਮੈਂ ਇੱਦਾਂ ਫਿਰ ਲੜਾਈ ਪੈ ਜਾਣੀ ਜਿਹਦਾ ਨਾਮ ਨਾਲ, ਪਰ ਮੇਰਾ ਜਿਨ੍ਹਾਂ ਨਾਲ ਫਿਲਮਾਂ ਕੀਤੀਆਂ ਸਾਰਿਆਂ ਤੋਂ ਕੁਛ ਨਾ ਕੁਛ ਸਿੱਖਿਆ ਹੀ ਹੈ। ਵੈਸੇ ਤਾਂ ਭਾਈ ਤੁਹਾਡੀ ਫੈਮਿਲੀ ਬਾਰੇ ਸਾਰੇ ਜਾਣਦੇ, ਬਟ ਕੁਛ ਫੈਨਸ ਹਜੇ ਵੀ ਨਹੀਂ ਜਾਣਦੇ, ਤੁਹਾਡੀ ਫੈਮਿਲੀ 'ਚ ਕੌਣ ਕੌਣ ਹੈ? ਮੇਰੀ ਫੈਮਿਲੀ 'ਚ ਸਾਰੇ ਹੀ ਹੁੰਦੇ ਨੇ ਜੀ। ਮੇਰੀ ਆਈ ਐਮ ਬਲੈਸਡ ਕਿ ਮੇਰੇ ਪੇਰੈਂਟਸ ਦਾ ਆਸ਼ੀਰਵਾਦ ਮੇਰੇ ਸਿਰ 'ਤੇ ਹਮੇਸ਼ਾ ਹੈਗਾ, ਮੇਰੇ ਮੰਮੀ ਡੈਡੀ, ਮੇਰੇ ਦੋ ਬ੍ਰਦਰਸ ਵੱਡੇ ਭਾਅ ਜੀ, ਅਤੇ ਇੱਕ ਮੇਰੇ ਤੋਂ ਛੋਟਾ, ਅਤੇ ਮੇਰੀ ਵਾਈਫ, ਮੇਰੇ ਦੋ ਬੱਚੇ, ਅਤੇ ਮੇਰੇ ਭਤੀਜੇ ਭਤੀਜੀਆਂ। ਵੀ ਹੈਵ ਅ ਹਿਊਜ ਫੈਮਿਲੀ। ਓਕੇ, ਅਤੇ ਭਾਅ ਜੀ ਮੇਰੇ ਕੁਛ ਦੋਸਤ ਨੇ ਜਿਹੜੇ ਮੇਰੇ ਐਕਸਟੈਂਡਡ ਫੈਮਿਲੀ ਨੇ, ਮੇਰੇ ਭਰਾ ਨੇ, ਮੇਰੇ ਕਜ਼ਨਸ ਨੇ, ਸੋ ਮੈਨੂੰ ਲੱਗਦਾ ਮੇਰੇ ਸੰਸਾਰ ਜਿੱਡਾ ਪਰਿਵਾਰ ਹੈ। ਬਹੁਤ ਵਧੀਆ ਭਾਅ ਜੀ, ਤੁਹਾਡੀ ਲਾਈਫ ਦਾ ਸਭ ਤੋਂ ਵੱਡਾ ਕ੍ਰਿਟਿਕ ਕੌਣ ਹੈ? ਮੇਰੀ ਵਾਈਫ। ਓਕੇ, ਅਤੇ ਵਟ ਡੂ ਯੂ ਥਿੰਕ ਵਿਚ ਇਜ਼ ਯੋਰ ਫੋਰਮੋਸਟ ਪੋਜ਼ਿਟਿਵ ਪੁਆਇੰਟ? ਪਾਰਡਨ, ਵਟ ਇਜ਼ ਯੋਰ ਫੋਰਮੋਸਟ ਪੋਜ਼ਿਟਿਵ ਪੁਆਇੰਟ? ਸਭ ਤੋਂ ਵੱਡਾ ਪੋਜ਼ਿਟਿਵ ਪੁਆਇੰਟ ਕਿਹੜਾ ਹੈ ਭਾਅ ਜੀ ਤੁਹਾਡਾ? ਮੇਰਾ ਪੋਜ਼ਿਟਿਵ ਪੁਆਇੰਟ ਹੈਗਾ ਕਿ ਮੈਂ ਹਮੇਸ਼ਾ ਪੋਜ਼ਿਟਿਵ ਰਹਿੰਦਾ, ਮੈਨੂੰ ਦੁਨੀਆ ਦੀ ਕੋਈ ਸਿਚੁਏਸ਼ਨ ਕਦੇ ਨੈਗੇਟਿਵ ਨਹੀਂ ਕਰ ਸਕਦੀ। ਔਰ ਮੈਨੂੰ ਬੜਾ ਮਜ਼ਾ ਆਉਂਦਾ ਕਿ ਮੇਰੇ ਕੋਲੋਂ ਕੋਈ ਆਪਣਾ ਕੁਐਸਚਨ ਲੈ ਕੇ ਆਵੇ ਅਤੇ ਮੈਂ ਉਹਨੂੰ ਜਵਾਬ ਦਿਆਂ, ਉਹਨੂੰ ਸਲਿਊਸ਼ਨ ਦਿਆਂ, ਉਹਨੂੰ ਹੱਲ ਦੱਸਾਂ ਉਹਦੀ ਗੱਲ ਦਾ। ਤਾਂ ਹੀ ਤੁਹਾਡੇ ਨਾਲ ਮਿਲ ਕੇ ਮੈਨੂੰ ਵੀ ਬੜੀ ਪੋਜ਼ਿਟਿਵਿਟੀ ਆ ਰਹੀ ਹੈ। ਅਤੇ ਭਾਅ ਜੀ, ਹਰ ਕਿਸੇ 'ਚ ਕੋਈ ਨਾ ਕੋਈ ਵਰਸਟ ਪੁਆਇੰਟ ਵੀ ਹੁੰਦਾ ਹੈ, ਅਤੇ ਤੁਹਾਡੇ ਅੰਦਰ ਵੀ ਕੋਈ ਵਰਸਟ ਪੁਆਇੰਟ ਹੈਗਾ? ਵਰਸਟ ਪੁਆਇੰਟ ਹੁੰਦੇ ਆ ਜੀ, ਬੰਦਾ ਕਈ ਚੀਜ਼ਾਂ ਦਾ ਕੰਬੀਨੇਸ਼ਨ ਹੁੰਦਾ। ਵਰਸਟ ਪੁਆਇੰਟ ਮੈਨੂੰ ਲੋਕਾਂ ਨੂੰ ਜ਼ਿਆਦਾ ਪਤਾ ਹੁੰਦੇ ਤੁਹਾਡੇ, ਕਿਉਂਕਿ ਬੰਦਾ ਕਦੀ ਆਪਣੇ ਆਪ ਨੂੰ ਉਸ ਨਜ਼ਰੀਏ ਤੋਂ ਦੇਖਦਾ ਨਹੀਂ। ਮੇਰਾ ਵਰਸਟ ਪਾਰਟ ਤੁਸੀਂ ਇਹ ਕਹਿ ਸਕਦੇ ਹੋ ਕਿ ਕਈ ਵਾਰੀ ਮੈਨੂੰ ਲੱਗਦਾ ਕਿ ਸ਼ਾਇਦ ਓਵਰ ਪੈਨਿਕ ਹੋ ਜਾਂਦਾ, ਸ਼ਾਇਦ, ਪਰ ਜ਼ਿਆਦਾ ਨਹੀਂ। ਬਾਕੀ ਮੇਰਾ ਵਰਸਟ ਪਾਰਟ ਇਹ ਵੀ ਹੈ ਕਿ ਮੈਂ ਥੋੜ੍ਹਾ ਓਵਰ ਇਮੋਸ਼ਨਲ ਹਾਂ, ਉਹ ਵੀ ਕਈ ਵਾਰੀ ਮੈਨੂੰ ਨੁਕਸਾਨ ਕਰਦਾ ਜੀ। ਅਤੇ ਭਾਅ ਜੀ, ਇਹਨੂੰ ਓਵਰਕਮ ਲਈ ਤੁਸੀਂ ਕੁਛ ਕਰਦੇ ਹੋ ਜਾਂ ਕਦੇ ਟਰਾਈ ਕਰਨ ਦੀ ਕੋਸ਼ਿਸ਼ ਹੋ? ਹਾਂਜੀ, ਮੈਂ ਫਿਰ ਸੈਲਫ ਟਾਕ ਕਰਦਾ, ਸੈਲਫ ਡਾਇਲੋਗ ਜਿਹੜਾ ਨਾ ਉਹ ਮੈਨੂੰ ਇਹਦੇ 'ਚੋਂ ਬਾਹਰ ਕੱਢ ਦਿੰਦਾ। ਮੈਂ ਆਪਣੇ ਆਪ ਨਾਲ ਗੱਲਾਂ ਕਰਕੇ ਆਪਣੇ ਆਪ ਨੂੰ ਸਮਝਾ ਕੇ ਕਿਸੇ ਵੀ ਸਿਚੁਏਸ਼ਨ 'ਚੋਂ ਬਾਹਰ ਕੱਢ ਸਕਦਾ। ਜੀ ਭਾਅ ਜੀ, ਤੁਸੀਂ ਆਪ ਹੀ ਆਪਦੇ ਕ੍ਰਿਟਿਕ ਹੁੰਦੇ ਤਾਂ ਤੁਹਾਡੀ ਟੌਪ 3 ਫਿਲਮਾਂ ਕਿਹੜੀਆਂ ਹੋਣਗੀਆਂ? ਅਰਦਾਸ, ਮੁੰਡੇ UK ਦੇ, ਅਤੇ ਸਨ ਆਫ ਮਨਜੀਤ ਸਿੰਘ। ਓਕੇ, ਅਤੇ ਕਦੇ ਇੱਦਾਂ ਦਾ ਫੀਲ ਹੋਇਆ ਕਿ ਕਾਸ਼ ਮੈਂ ਫਿਲਮ ਨਾ ਕਰਦਾ ਤਾਂ ਸਹੀ ਰਹਿੰਦਾ? ਹਾਂਜੀ, ਹੈਗਾ ਜੀ, ਕੁਛ 2-4 ਫਿਲਮਾਂ ਲਈ ਰਿਗਰੈਟਸ ਹੈਗੇ ਨੇ, ਬਟ ਮੈਂ ਉਹਨਾਂ ਦੇ ਨਾਂ ਨਹੀਂ ਲੈ ਸਕਦਾ ਕਿਉਂਕਿ ਉਹ ਐਥੀਕਲੀ ਰੋਂਗ ਹੈ ਕਿਸੇ ਫਿਲਮ ਦਾ ਨਾਮ ਲੈਣਾ। ਹਾਂਜੀ ਭਾਅ ਜੀ, ਅਤੇ ਭਾਅ ਜੀ, ਕੋਈ ਫਿਲਮ ਜਿਹੜੀ ਵਿੱਚ ਤੁਸੀਂ ਨਹੀਂ ਸੀ ਬਟ ਉਹ ਕਾਸ਼ ਦੇ ਵਿੱਚ ਰਹਿ ਗਏ ਕਿ ਕਾਸ਼ ਮੈਂ ਹੁੰਦਾ? ਜੀ, ਇੱਦਾਂ ਦੀਆਂ ਫਿਲਮਾਂ ਤੁਹਾਡੀ ਜ਼ਿੰਦਗੀ 'ਚ ਆਉਂਦੀਆਂ, ਉਹਨਾਂ ਦੇ ਵਿੱਚੋਂ ਇੱਕ ਫਿਲਮ ਹੈ ਜਿਹਦੇ ਬਾਰੇ ਮੈਂ ਹਮੇਸ਼ਾ ਉਹਨਾਂ ਨੂੰ ਖੁਦ ਕਹਿੰਦਾ ਹੁੰਦਾ, ਗੁਰਦਾਸ ਮਾਨ ਸਾਹਿਬ ਨੂੰ, ਕਿ ਮੈਨੂੰ ਹੁਣ ਵੀ ਇੱਕ ਅੱਧਾ ਸੀਨ ਸ਼ੂਟ ਕਰਕੇ ਉਹਦੇ 'ਚ ਪਾ ਲਓ, ਭਾਵੇਂ ਕਰਾਊਡ ਦੇ ਵਿੱਚ ਹੀ ਕਿਤੇ ਪਾ ਲਓ। ਜਿਹੜੀ ਫਿਲਮ ਸੀ ਸ਼ਹੀਦੇ ਮੁਹੱਬਤ ਬੂਟਾ ਸਿੰਘ, ਮੈਨੂੰ ਬਹੁਤ ਅਫਸੋਸ ਹੈ ਕਿ ਮੈਂ ਉਸ ਫਿਲਮ 'ਚ ਕਿਉਂ ਨਹੀਂ ਹੈਗਾ, ਮੈਨੂੰ ਉਸ ਫਿਲਮ 'ਚ ਹੋਣਾ ਚਾਹੀਦਾ ਸੀ। ਫਿਰ ਮੈਂ
ਗੁਰਦਾਸ ਮਾਨ ਸਾਹਿਬ ਨੂੰ ਰਿਕੁਐਸਟ ਕਰਦਾ ਜੀ ਅਜੇ ਵੀ ਕੋਈ ਚਾਂਸ ਹੋਵੇ ਮੇਰਾ ਇੱਕ ਅੱਧਾ ਕੋਈ ਸ਼ੋਟ ਜਿਹਾ ਸ਼ੂਟ ਕਰਕੇ ਸ਼ਹੀਦੇ ਮੁਹੱਬਤ ਬੂਟਾ ਸਿੰਘ 'ਚ ਪਾ ਲਓ ਭਾਅ ਜੀ, ਹੁਣ ਵੀ ਪਾ ਲਓ ਪਲੀਜ਼। ਕੋਈ ਇਹੋ ਜਿਹੀ ਮੈਮਰੀ ਉਹਨਾਂ ਨਾਲ ਜਿਹੜੇ ਤੁਹਾਨੂੰ ਹਮੇਸ਼ਾ ਯਾਦ ਆਉਂਦੀ ਹੈ ਉਸ ਟਾਈਮ ਦੀ? ਕਿੰਨਾ ਦੇ ਨਾਲ ਜੀ? ਗੁਰਦਾਸ ਮਾਨ ਜੀ ਨਾਲ, ਕਿਉਂਕਿ ਗੁਰਦਾਸ ਮਾਨ ਸਾਹਿਬ ਨਾਲ ਅਨਫੋਰਚੁਨੇਟਲੀ ਮੈਨੂੰ ਕਦੇ ਸਕਰੀਨ 'ਤੇ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ, ਆਈ ਐਮ ਵੈਰੀ ਅਨਫੋਰਚੁਨੇਟ ਇਨ ਦੈਟ ਕੇਸ। ਬਾਕੀ ਸਟੇਜ 'ਤੇ ਅਸੀਂ ਬਹੁਤ ਉਹਨਾਂ ਨਾਲ ਮੂਮੈਂਟ ਸ਼ੇਅਰ ਕੀਤੇ ਨੇ ਔਰ ਬਹੁਤ ਉਹ ਮਤਲਬ ਪਿਆਰ ਕਰਨ ਵਾਲੇ, ਸਾਡੀ ਵਜ੍ਹਾ ਤੋਂ ਵੱਧ ਪਿਆਰ ਕਰਨ ਵਾਲੇ ਨੇ ਅਤੇ ਉਹ ਤੁਹਾਨੂੰ ਜਦੋਂ ਮਿਲਦੇ ਨੇ 5-7 ਸਾਲ ਲਈ ਐਨਰਜੀ ਦੇ ਕੇ ਚਲੇ ਜਾਂਦੇ ਆ ਜੀ। ਭਾਅ ਜੀ, ਬੀਇੰਗ ਅ ਕੋਮੇਡੀਅਨ ਸੀਰੀਅਸ ਰੋਲ ਕਰਨਾ ਕਿੰਨਾ ਕੁ ਔਖਾ ਹੈ? ਦੇਖੋ, ਜਿਹੜਾ ਐਕਟਰ ਹੈ ਨਾ ਉਹਦੇ ਲਈ ਇੱਦਾਂ ਨਹੀਂ ਹੁੰਦਾ ਕਿ ਮੈਨੂੰ ਆਹ ਔਖਾ, ਮੇਰੇ ਲਈ ਉਹ ਔਖਾ। ਜੇ ਔਖਾ ਤਾਂ ਫਿਰ ਕੰਮ ਛੱਡ ਦਿਓ, ਫਿਰ ਕੁਛ ਹੋਰ ਕੰਮ ਕਰ ਲਓ, ਕਿਸੇ ਨੂੰ ਕੋਈ ਵੇਲਣੇ 'ਚ ਬਾਂਹ ਆਈਏ ਵੀ ਐਕਟਰ ਹੀ ਬਣਨਾ। ਬਟ ਇਹ ਹੈ ਕਿ ਕਰੈਕਟਰ ਨੂੰ ਤੁਸੀਂ ਕਿੰਨਾ ਡੀਪਲੀ ਲੈਂਦੇ ਹੋ, ਕਿੰਨਾ ਤੁਹਾਡੇ ਅੰਦਰ ਉਸ ਕਰੈਕਟਰ ਲਈ ਇੰਟੈਂਸਿਟੀ ਕਿੰਨੀ ਹੈ, ਉਹ ਡਿਪੈਂਡ ਕਰਦਾ। ਮੈਂ ਤਾਂ ਦੋਵੇਂ ਚੀਜ਼ਾਂ ਇੰਜੋਏ ਕਰਦਾ, ਚਾਹੇ ਕਾਮੇਡੀ ਹੋਵੇ ਤਾਂ ਫਿਰ ਮੈਂ ਖੁੱਲ੍ਹ ਕੇ ਕਾਮੇਡੀ ਕਰਦਾ ਅਤੇ ਜਦੋਂ ਸੀਰੀਅਸ ਕੰਮ ਹੈ ਫਿਰ ਮੈਂ ਪੂਰੀ ਗੰਭੀਰਤਾ ਨਾਲ ਲੈਂਦਾ ਉਹਨੂੰ। ਠੀਕ ਹੈ ਭਾਅ ਜੀ। ਅਤੇ ਭਾਅ ਜੀ, ਜੇ ਹੁਣ ਆਪਾਂ ਗੱਲ ਕਰਦੇ ਹਾਂ ਵਨ ਵਰਡ ਦੇ ਅੰਦਰ, ਠੀਕ ਹੈ, ਗੁਰਪ੍ਰੀਤ ਘੁੱਗੀ ਐਜ਼ ਐਨ ਐਕਟਰ? ਗੁੱਡ। ਐਜ਼ ਅ ਫਰੈਂਡ? ਐਕਸੀਲੈਂਟ। ਐਜ਼ ਅ ਕੋ ਸਟਾਰ? ਐਵਰੇਜ। ਯੂਅਰ ਫੇਵਰੇਟ ਰੋਲ ਟਿਲ ਡੇਟ? ਅਰਦਾਸ ਵਾਲਾ ਗੁਰਮੁਖ ਸਿੰਘ ਅਤੇ ਦੋਵਾਂ ਦਾ ਦੋਵੇਂ ਇੱਕੋ ਜਿੰਨੇ ਮਾਰਕਸ ਨੇ ਹੁਣ, ਸਨ ਆਫ ਮਨਜੀਤ ਸਿੰਘ। ਓਕੇ, ਤੁਹਾਡੀ ਆਪਣੀ ਫੇਵਰੇਟ ਫਿਲਮ? ਅਰਦਾਸ। ਫੇਵਰੇਟ ਪੰਜਾਬੀ ਫਿਲਮ ਜਿਹੜੀ ਤੁਸੀਂ ਕਦੇ ਵੀ ਰਿਪੀਟ 'ਤੇ ਦੇਖ ਸਕਦੇ ਹੋ? ਮੁੰਡੇ UK ਦੇ। ਬੈਸਟ ਕੋ ਸਟਾਰ? ਖੁਸ਼ਬੂ ਗਰੇਵਾਲ। ਓਕੇ, ਇੱਕ ਇਹੋ ਜਿਹਾ ਫਿਲਮ ਡਾਇਰੈਕਟਰ ਜਿਹਨੇ ਨਾਲ ਹਜੇ ਤਾਈਂ ਕੰਮ ਨਹੀਂ ਕੀਤਾ ਬਟ ਯੂ ਵਾਂਟ ਟੂ ਡੂ? ਮੈਂ ਅਨੁਰਾਗ ਰਿਗਾ, ਅਨੁਰਾਗ ਜਿਨ੍ਹਾਂ ਨੇ ਪੰਜਾਬ 1984 ਬਣਾਈ ਸੀ, ਹੁਣੇ ਉਹਨਾਂ ਨੇ ਕੇਸਰੀ ਫਿਲਮ ਬਣਾਈ ਅਕਸ਼ੇ ਕੁਮਾਰ ਨੂੰ ਲੈ ਕੇ, ਹੀ ਇਜ਼ ਵੈਰੀ ਗੁੱਡ ਐਂਡ ਆਈ ਵੁੱਡ ਲਵ ਟੂ ਵਰਕ ਵਿਦ ਹਿਮ ਵਨ ਡੇ। ਹੋਪ ਸੋ, ਤੁਹਾਨੂੰ ਜਲਦੀ ਦੇਖਾਂਗੇ ਉਹਨਾਂ ਦੇ ਨਾਲ। ਸੋ ਹੁਣ ਵਾਰੀ ਆਉਂਦੀ ਹੈ ਵਨ ਵਰਡ ਦੀ, ਸ਼ਰਟਸ ਜਾਂ ਟੀ ਸ਼ਰਟਸ? ਟੀ ਸ਼ਰਟਸ। ਸਾਗ ਜਾਂ ਨੋਨ ਵੈਜ? ਸਾਗ। ਕੁੜਤਾ ਪਜਾਮਾ ਜਾਂ ਫੋਰਮਲਸ? ਫੋਰਮਲਸ। ਹੁਣ ਥੋੜ੍ਹਾ ਜਿਹਾ ਟਫ ਕੁਸ਼ਚਨ ਪੁੱਛਣਾ ਹੀ ਪੈਣਾ, ਤੁਸੀਂ ਫੋਰਮਲਸ ਹੁੰਦਾ, ਟਫ ਫੋਰਮਲ ਨਹੀਂ, ਮਤਲਬ ਕੈਜੂਅਲਸ ਕਹਿ ਸਕਦੇ ਹਾਂ, ਨਾ ਫੋਰਮਲ ਅਤੇ ਨਾ ਹੀ ਉਹ ਤੁਹਾਡਾ ਜਿਹੜਾ ਹੁੰਦਾ ਕੁੜਤਾ ਪਜਾਮਾ, ਕੈਜੂਅਲਸ। ਓਕੇ, ਅਤੇ ਕੈਰੀ ਓਨ ਜੱਟਾ ਜਾਂ ਅਰਦਾਸ? ਕੈਰੀ ਓਨ ਜੱਟਾ। ਚਲੋ, ਇੱਕ ਥੋੜ੍ਹਾ ਜਿਹਾ ਹੋਰ ਟਫ, ਬਿੰਨੂ ਢਿੱਲੋਂ ਜਾਂ ਗਿੱਪੀ ਗਰੇਵਾਲ? ਬੋਥ। ਚਲੋ, ਵਨ ਵਰਡ ਹੈ ਵੀ, ਵਨ ਬੋਥ ਵੀ ਵਨ ਵਰਡ ਹੀ ਹੈ। ਅੱਛਾ, ਚਲੋ, ਸਭ ਤੋਂ ਪਹਿਲਾਂ ਤੁਹਾਨੂੰ ਕੌਣ ਮਿਲਿਆ ਸੀਗਾ? ਬਿੰਨੂ। ਅਤੇ ਗਿੱਪੀ ਭਾਅ ਜੀ ਕਿਵੇਂ ਮਿਲੇ ਤੁਹਾਨੂੰ? ਮੈਂ ਮੁੰਡੇ UK ਦੇ ਸੈੱਟ 'ਤੇ ਪਹਿਲੀ ਵਾਰੀ ਆਏ ਸੀ। ਅੱਛਾ, ਅਤੇ ਭਾਅ ਜੀ, ਤੁਹਾਡੇ ਨਾਲ ਗੱਲ ਕਰਕੇ ਬਹੁਤ ਮਜ਼ਾ ਆਇਆ, ਬਹੁਤ ਵਧੀਆ ਲੱਗਿਆ। ਬਹੁਤ ਮਿਹਰਬਾਨੀ, ਸੋਰੀ ਸਰ, ਮੈਂ ਤੁਹਾਡਾ ਰਸਤਾ ਰੋਕਿਆ ਹੋਇਆ ਜੀ। ਅੱਛਾ, ਤੁਸੀਂ ਮੈਨੂੰ ਲੈਣ ਆ ਗਏ? ਮੈਂ ਲੈਂਸ ਸਟਾਕ ਕਰ ਰਿਹਾ ਜੀ। ਚਲੋ, ਸੋਰੀ ਜੀ, ਹੁਣ ਜਾਣਾ ਪੈਣਾ ਜੀ, ਕਿਉਂਕਿ ਹੁਣ ਚਲੋ ਬੁਲਾਵਾ ਆਇਆ ਹੈ। ਥੈਂਕ ਯੂ ਸੋ ਵੈਰੀ ਮੱਚ ਲੈਂਸ, ਥੈਂਕ ਯੂ ਵੈਰੀ ਮੱਚ।